ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਮੈਂ ਤੁਹਾਡੇ ਸਾਹਮਣੇ ਸੈਯਦ ਬੈਦੁੱਲਾ ਸ਼ਾਹ, ਕੋਚ ਸਿਧਾਂਤ ਕਬੱਡੀ ਕਲੱਬ ਰਾਣਿਆ ਸਹੀਦਾਂ, ਡਿਸਟ੍ਰਿਕਟ ਗੁਜਰਾਤ ਜੀ। ਕਬੱਡੀ ਦੇ ਇੱਕ ਟੂਰਨਾਮੈਂਟ ਦਾ ਸੱਦਾ ਲੈ ਕੇ ਆਇਆ ਜਨਾਬ, ਫੈਸਲਾਬਾਦ ਦੇ ਵਿੱਚ ਪਿੰਡ ਜਨਾਬ ਚੱਕ ਨੰਬਰ 42 ਰੇਬੇ, ਉੱਥੇ ਇੱਕ ਵਿਲੇਜ ਸਿਸਟਮ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ, ਜਿਹਦੇ 'ਚ ਹਰ ਟੀਮ ਹੈ ਜਿਹੜੀ ਦੋ ਪਲੇਅਰ ਓਪਨ ਪਾ ਸਕਦੀ। ਠੀਕ ਹੋ ਗਿਆ ਜੀ। ਇਹ ਕਬੱਡੀ ਦਾ ਟੂਰਨਾਮੈਂਟ ਜਨਾਬ 3 ਰੋਜ਼ਾ ਹੋ ਰਿਹਾ। ਇਹਦਾ ਦਿਨ ਬਣਦਾ ਜਨਾਬ ਜੁੰਮਾ, ਹਫ਼ਤਾ, ਇਤਵਾਰ, 3, 4, 5 ਫਰਵਰੀ। ਜਿੱਤਣ ਵਾਲੀ ਟੀਮ ਦਾ ਇਨਾਮ 40,000 ਅਤੇ ਜਿਹੜੀ ਸੈਕਿੰਡ ਆਵੇਗੀ ਉਹਦਾ 30,000। ਇਸ ਟੂਰਨਾਮੈਂਟ ਦਾ ਆਰਗੇਨਾਈਜ਼ਰ ਕਬੱਡੀ ਦਾ ਰੇਡਰ ਅਵੈਸ ਉਰਫ ਕਾਲੀ, ਉਹ ਕਰਾ ਰਿਹਾ ਜਨਾਬ, ਜਿਨ੍ਹਾਂ ਦੇ ਜ਼ੇਰੇ ਨਿਗਰਾਨੀ ਹੋ ਰਿਹਾ। ਉਹਨਾਂ ਦਾ ਨਾਂ ਸੈਯਦ ਤਜੰਮਲ ਸ਼ਾਹ ਸਾਹਿਬ, ਅਫਜ਼ਾਲ ਅਵਾਨ ਸਾਹਿਬ, ਅਲੀ ਅਵਾਨ ਸਾਹਿਬ, ਔਰ ਜਿਹੜੇ ਚੀਫ ਗੈਸਟ ਨੇ ਇਸ ਕਬੱਡੀ ਟੂਰਨਾਮੈਂਟ ਦੇ, ਉਹਨਾਂ ਦੇ ਵਿੱਚ ਫਹਰੇ ਨਨਕਾਨਾ MNA ਚੌਧਰੀ ਤਾਰਕ ਮੂਦ ਬਾਜਵਾ ਸਾਹਿਬ, ਗੁਲਾਮ ਮੁਸਤਫਾ ਅਵਾਨ ਸਾਹਿਬ UC 8 ਚੇਅਰਮੈਨ, ਔਰ ਮਲਿਕ ਗੁਲਾਮ ਮੁਰਤਜ਼ਾ ਐਡਵੋਕੇਟ। ਅਵੈਸ ਕਾਲੀ ਦੀ ਤਰਫੋਂ ਜਨਾਬ ਜਿਤਨੇ ਕਬੱਡੀ ਦੇ ਸ਼ੌਕੀਨ ਨੇ, ਲਵਰ ਨੇ, ਉਹਨਾਂ ਨੂੰ ਦਾਵਤ ਦਿੱਤੀ ਜਾਂਦੀ ਹੈ ਕਿ ਤੁਸੀਂ ਚੱਕ ਨੰਬਰ 42 ਰੇਬੇ ਪਹੁੰਚ ਕੇ ਇਸ ਕਬੱਡੀ ਦੀ ਰੌਣਕ ਨੂੰ ਦੁਬਾਲਾ ਕਰੋ। ਬਹੁਤ ਸ਼ੁਕਰੀਆ। ਪਾਕਿਸਤਾਨ ਜ਼ਿੰਦਾਬਾਦ, ਕਬੱਡੀ ਜ਼ਿੰਦਾਬਾਦ।